ਹਾਏ ਨੂਰ, ਕਿਵੇਂ ਆ? ਠੀਕ ਆ। ਚੱਲ ਆ ਜਾ ਆਪਾਂ ਛੱਤ 'ਤੇ, ਹੈ ਨਾ, ਪੰਛੀਆਂ ਨੂੰ ਪਾਣੀ ਧਰ ਕੇ ਆਈਏ। ਵੈਸੇ ਤਾਂ ਆਪਾਂ ਰੋਜ਼ ਹੀ ਧਰਦੇ ਹਾਂ, ਚੱਲ ਆਪਾਂ ਜੇ ਦੁਬਾਰਾ ਧਰ ਕੇ ਆਉਂਦੇ ਹਾਂ ਨਾ, ਗਰਮੀ ਬਹੁਤ ਜ਼ਿਆਦਾ ਨਾ, ਸੋ ਇਹ ਕੰਮ ਆਪਾਂ ਜ਼ਰੂਰ ਕਰਨਾ ਵਾ। ਆਪਾਂ ਕੁਦਰਤ ਬਾਰੇ ਵੀ ਸੋਚਣਾ ਵਾ ਨਾ, ਪੰਛੀ ਵਿਚਾਰੇ ਭੁੱਖ ਪਿਆਸ ਨਾਲ ਫਿਰਦੇ ਆ। ਚੱਲ ਆ ਜਾ ਆਪਾਂ ਉਹਨਾਂ ਲਈ ਪਾਣੀ ਭਰੀਏ। ਲੈ ਨੂਰ ਤਾਂ ਮੇਰੀ ਬਹੁਤ ਗੁੱਡ ਬੱਚੀ ਆ, ਵੈਰੀ ਗੁੱਡ, ਸ਼ਾਬਾਸ਼। ਆ ਮੈਂ ਥੋੜ੍ਹੀ ਜਿਹੀ ਰੋਟੀ ਚੋਰੀ ਸੀ, ਟੁਕੜੇ ਨਿੱਕੇ ਨਿੱਕੇ, ਇਹ ਵੀ ਲੈ ਚੱਲਦੇ ਹਾਂ ਨਾ ਆਪਾਂ। ਚੱਲ ਵਿਚਾਰੇ ਪਿਆਸੇ ਹੋਣਗੇ। ਕੱਲ੍ਹ ਨੂੰ ਨਾ ਆਪਾਂ ਇੱਕ ਮਿੱਟੀ ਦਾ ਬਰਤਨ ਨਵਾਂ ਲੈਂਦੇ ਹਾਂ, ਉਹਦੇ ਵਿੱਚ ਪਾਣੀ ਪਾਇਆ ਕਰਾਂਗੇ। ਹਾਏ 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 ਹਾਏ, ਧੁੱਪ ਕਿੰਨੀ ਆ, ਕੁਛ ਲੈ ਲੈਣਾ ਸੀ ਕੱਪੜਾ ਉੱਤੇ। ਚੱਲ ਕੋਈ ਨਾ, ਛੱਤ 'ਤੇ ਹੀ ਜਾਣਾ, ਛੱਤ 'ਤੇ ਜਾਣਾ ਵੀ ਔਖਾ ਹੋਇਆ ਪਿਆ, ਇੰਨੀ ਜ਼ਿਆਦਾ ਗਰਮੀ। ਕਿੰਨੀ ਆਵਾਜ਼ ਕਰਦੀ ਆ ਤੂੰ, ਪਾਣੀ ਡੋਲੀ ਜਾਂਦੀ ਆ ਤੂੰ। ਆਪਾਂ ਕਿਤੇ ਉੱਚੀ ਜਗ੍ਹਾ ਰੱਖ ਦਿੰਦੇ ਹਾਂ ਨਾ, ਜਿੱਥੇ ਪੀ ਵੀ ਲੈਣਾ ਪਾਣੀ, ਉਹ ਉੱਥੇ ਰੱਖਿਆ ਮੈਂ, ਉੱਧਰ 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 ਉੱਥੇ ਰੱਖ ਦਿੰਦੇ ਹਾਂ। ਹਾਏ 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 ਹਾਏ, ਆਪ ਹੀ ਪੀ ਜਾਣਗੇ ਪਾਣੀ, ਇੱਥੇ ਰੱਖ ਕੇ ਪਾਣੀ। ਚੱਲ ਆਪ ਹੀ ਪੀ ਜਾਣਗੇ ਨਾ, ਜਿਹੜੇ ਪਿਆਸੇ ਹੋਣਗੇ, ਹੈ ਨਾ। ਗੁੱਡ ਵਰਕ ਆ ਨਾ, ਐਂ ਕਰਨਾ ਚਾਹੀਦਾ। ਵੈਸੇ ਪਾਣੀ ਪੰਛੀਆਂ ਨੇ ਜ਼ਰੂਰ ਰੱਖਣਾ ਚਾਹੀਦਾ ਵਾ, ਜ਼ਿਆਦਾ ਭੁੱਖੇ ਪਿਆਸੇ ਹੁੰਦੇ ਆ। ਚਲੋ ਅੱਜ ਦੀ ਵੀਡੀਓ 'ਚ ਅਸੀਂ ਇਹੀ ਦਿਖਾਉਣਾ ਸੀ ਕਿ ਅਸੀਂ ਪੰਛੀਆਂ ਨੂੰ ਪਾਣੀ ਰੱਖ ਕੇ ਆਏ ਹਾਂ, ਅਤੇ ਤੁਸੀਂ ਵੀ ਜ਼ਰੂਰ ਪਾਣੀ ਰੱਖੋ, ਪਾਣੀ ਜ਼ਰੂਰ ਰੱਖੋ। ਅਤੇ ਮਿਲਦੇ ਆ ਅਗਲੀ ਵੀਡੀਓ 'ਚ, ਬਾਏ ਬਾਏ।